160-165 ਰੁਪਈਏ ਖਰਚਾ ਆ ਮੈਂ। ਇੱਕ ਕੁਰਕਰੀਆਂ ਦਾ ਪੈਕਟ ਲਿਆ, ਇੱਕ ਡਿਊ ਦੀ ਬੋਤਲ ਲਈ ਹੈ। ਅਸਲਾਮ ਵਾਲੇਕੁਮ ਪਿੰਡ ਵਾਲਿਓ, ਕੀ ਹਾਲ ਚਾਲ ਨੇ? ਅੱਜ ਦਾ ਵਲੌਗ ਕਰਨੇ ਆ ਤੁਹਾਡੀ ਦੁਆਵਾਂ ਨਾਲ ਸਟਾਰਟ। ਤੇ ਅੱਜ ਬਸ ਦਿਲ ਕੀਤਾ ਸੀ ਵਲੌਗ ਬਣਾਉਣ ਤੇ, ਇਸੇ ਤੋਂ ਵਲੌਗ ਬਣਾਉਣ ਡਿਆ। ਮਗਰ ਕਿਉਂ ਸੋਚਿਆ ਕਿ ਬੰਦਾ ਲਾਹੌਰ 'ਚ ਰਹਿੰਦਾ ਹੋਵੇ ਤੇ ਬੰਦਾ ਬਾਹਰ ਕਿਤੇ ਫਿਰੇ ਤੁਰੇ ਨਾ, ਜਾਂ ਫਿਰ ਵੇਖ ਲਾਹੌਰ ਦਾ ਨਾਂ ਆਇਆ ਤੇ ਮੂੰਹ ਦੇ ਵਿੱਚ ਪਾਣੀ ਆ ਗਿਆ। ਮੈਂ ਸੋਚਿਆ ਕਿ ਯਾਰ ਬੰਦਾ ਜਿਹੜਾ ਨਾ ਜਾ ਕੇ ਕਿਤੇ ਥੋੜ੍ਹਾ ਫਿਰ ਤੁਰ ਆਵੇ, ਆਪਣਾ ਡਿਫੈਂਸ ਰਾਇਆ ਮੇਰੇ ਕੋਲ। ਇਸ ਤੋਂ ਇਲਾਵਾ ਬੜਾ ਮਾਹੌਲ ਸ਼ੋਲ ਆ, ਡੀ ਐੱਚ ਮੇਰੇ ਨਾਲ ਹੀ, ਬਸ ਨਾਲ ਹੀ ਲੱਗਦਾ, ਨਾਲ ਹੀ ਕੰਧ ਦੇ। ਸੋਚਿਆ ਇਹੀ ਹੈ ਕਿ ਜਾਂਦੇ ਹਾਂ, ਜਾ ਕੇ ਉੱਥੇ ਕੋਈ ਖਾਣੇ ਪੀਣੇ ਮਾੜਾ ਮੋਟਾ, ਅਤੇ ਨਾਲ ਇਹ ਵੇ ਕਿ ਕੋਈ ਬੰਦਾ ਇੰਜੋਇਮੈਂਟ ਕਰ ਲੈਂਦਾ, ਕੋਈ ਨਵੀਂ ਦੁਨੀਆ ਵੇਖ ਲੈਂਦਾ। ਨਵੀਂ ਦੁਨੀਆ ਤੋਂ ਮੁਰਾਦ ਜਿਹੜੇ ਲਾਹੌਰੀਏ ਨੇ, ਸ਼ਹਿਰੀਏ ਹੁੰਦੇ ਨੇ, ਸ਼ਹਿਰੀਏ ਜਿਹੜੇ ਹੁੰਦੇ ਨੇ ਨਾ, ਉਹ ਬੰਦੇ ਨੂੰ ਕਦੇ ਕਦੇ ਵੇਖਣ 'ਤੇ ਦਿਲ ਕਰ ਪੈਂਦਾ, ਰਹਾ ਨਹੀਂ ਜਾਤਾ, ਤੜਪ ਹੀ ਐਸੀ ਹੈ ਨਾ। ਉਹ ਵਹਿੰਦੇ ਆ ਜਾ ਕੇ, ਅਤੇ ਤੁਸੀਂ ਸਾਡੇ ਨਾਲ ਰਹਿਣਾ, ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਕੁਰ ਲੈਣਾ, ਅਤੇ ਚਲੋ ਫਿਰ ਚੱਲਦੇ ਹਾਂ। ਲਓ ਫਿਰ ਪਿੰਡ ਵਾਲਿਓ, ਆਪਣੀ ਗ੍ਰਿੰਗੋ ਨੂੰ ਤਿਆਰ ਕਰਦੇ ਹਾਂ ਜਾਣ ਵਾਸਤੇ। ਇਹ ਆਪਣਾ ਖਲੋਤੀ ਹੈ, ਇਹਦੀ ਅਨਬੋਕਸਿੰਗ ਕਰਨੇ ਆ। ਇਹਨੂੰ ਕਵਰ ਸ਼ਵਰ ਚੜਾ ਕੇ ਰੱਖਿਆ, ਮੈਂ ਆਖਿਆ ਜਰਾ ਨਾ ਮੀਂਹ ਕਣੀ ਘੱਟੇ ਮਿੱਟੀ ਤੋਂ ਬਚ ਜੇ, ਬਚ ਸਹੀ ਹੈ। ਅਤੇ ਇਹ ਆਪਣਾ ਗ੍ਰਿੰਗੋ ਤੁਹਾਨੂੰ ਪਤਾ ਹੀ ਹੈ ਜਿਹੜੀ ਵੀ ਹੈ। ਇਹਨੂੰ ਖੋਲਦੇ ਹਾਂ ਕੱਪੜੇ ਨੂੰ। ਇਹਨੂੰ ਜਿਹੜਾ ਨਾ ਹੁਣ ਕੱਪੜਾ ਚਪੜਾ ਮਾਰਦੇ ਹਾਂ। ਕੱਪੜਾ ਚਪੜਾ ਮਾਰਨ ਤੋਂ ਬਾਅਦ ਜਿਹੜਾ ਨਾ ਫਿਰ ਨਿਕਲਾਂਗੇ ਅਸੀਂ ਡਿਫੈਂਸ ਰਾਇਲ ਜਾਂ ਫਿਰ ਕਿਤੇ ਹੋਰ। ਆ ਦੋ ਚਾਰ ਚੀਜ਼ਾਂ ਨੂੰ ਟਾਕੀ ਮਾਰੀ ਤਾਂ ਮੋਟਰਸਾਈਕਲ ਚਮਕ ਜਾਂਦੀ। ਕੱਲ ਐਵੇਂ 'ਚ ਐਵੇਂ ਦੀ ਕੋਨੀ 'ਚ ਮੋਟਰਸਾਈਕਲ 'ਚ 125 cc ਰੱਖਿਆ ਅਤੇ ਨਾਲ 450-450 ਵਾਲਾ ਕੱਪੜਾ ਵੀ ਰੱਖਿਆ। ਇਹ ਕੱਪੜਾ ਜਿਹੜਾ ਨਾ ਮੈਂ ਬੈਲਾ ਮੁਬੂਲਾ ਵਾਲੇ ਗੱਡੀਆਂ ਵਾਲੇ ਰੱਖਦੇ ਨੇ ਜਿਹੜਾ ਮੈਂ ਰੱਖਿਆ। ਐਵੇਂ ਨਾ ਸਮਝਿਓ ਕਿ ਮੋਟਰਸਾਈਕਲ ਰੱਖੀ ਗਏ ਸ਼ੌਕ ਪਾਲੇ ਆ ਅਤੇ ਮੁੰਡੇ ਨੇ ਕੰਮ ਮਾੜਾ ਕੀਤਾ, ਨਾ ਜੀ ਨਾ, ਮਜ਼ਾ ਆਇਆ। ਹਾਂਜੀ ਪਿੰਡ ਵਾਲੇ, ਉਹ ਗੱਡੀ ਰੋਡ ਤੇ ਪੈ ਗਈ ਹੈ, ਵੇਹਨੇ ਆ ਕਿੱਥੇ ਜਾ ਕੇ ਰੋਕਦੀ ਹੈ ਤੇ ਕੀ ਕਹਿੰਦੇ ਅੱਗੋਂ ਟ੍ਰੈਫਿਕ ਵੀ ਆਉਣ ਦੀ ਹੈ, ਭਾਵੇਂ ਮੂੰਹ ਭਰਨੇ ਵਿੱਚ ਵੱਜਦਾ ਤੇ ਆਪਣਾ ਚਲੋ ਫਿਰ ਚੱਲਦੇ ਆ। ਹਾਂਜੀ ਪਿੰਡ ਵਾਲਿਓ, ਪਾਰਕਿੰਗ ਦੇ ਵਿੱਚ ਮੋਟਰਸਾਈਕਲ ਖਲਾਰਤੀ ਆ ਸਾਹਮਣੇ, ਸਾਰੀ ਪਾਰਕਿੰਗ ਡਿਫੈਂਸ ਰਾਇਆ ਦੀ ਆ। ਚੈੱਕ ਕਰੋ ਮੋਟਰਸਾਈਕਲ, ਗੱਡੀਆਂ ਦੀ ਪਾਰਕਿੰਗ ਥੱਲੇ ਬੇਸਮੈਂਟ ਦੇ ਵਿੱਚ, ਅਤੇ ਚਲੋ ਸਾਹਮਣੇ ਵੀ ਡਿਫੈਂਸ ਰਾਇਆ, ਚੱਲਦੇ ਹਾਂ ਉੱਥੇ ਜਾ ਕੇ ਤੁਹਾਨੂੰ ਮਾਹੌਲ ਸ਼ਲ ਵਹਾਉਂਦੇ ਹਾਂ ਅਤੇ ਚਲੋ ਫਿਰ। ਅੱਛਾ ਪਿੰਡ ਵਾਲਿਓ, ਗੱਲ ਜਿਵੇਂ ਕਿ ਡਿਫੈਂਸ ਰਾਇਆ ਅਤੇ ਵਲੋਗ ਤਾਂ ਮੈਂ ਪਹਿਲਾਂ ਵੀ ਬਣਾਇਆ ਅਤੇ ਉਹ ਚਾਂਦ ਰਾਤ ਵਾਲੇ ਦਿਨ ਬਣਾਇਆ ਸੀ, ਅਤੇ ਹੁਣ ਜਿਹੜਾ ਨਾ ਵੇਖੋ ਖਾਲੀ ਖਾਲੀ ਸੁਨਸਾਨ ਏਰੀਆ, ਕੋਈ ਚੱਕਰ ਵੀ ਉਹ ਨਹੀਂ। ਚਾਂਦ ਰਾਤ ਵਾਲੇ ਦਿਨ ਜਿਹੜਾ ਮਾਹੌਲ ਸੀ ਉਹ ਹੁਣ ਤਾਂ ਨਹੀਂ ਨਾ ਜਨਾਬੇ ਵਾਲੀ, ਅਤੇ ਬਾਕੀ ਇਹ ਵੀ ਜਿਹੜਾ ਵੀ ਮਾਹੌਲ ਇੰਜੋਏ ਕਰੋ, ਕੋਈ 10-15 ਮਿੰਟ ਬਹਿੰਦੇ ਫਿਰ ਜਾ ਕੇ ਖਾਣੇ ਪੀਣੇ। ਇੱਥੋਂ ਖਾਣਾ ਪੀਣਾ ਜਿਹੜਾ ਨਾ ਵੈਰੀ ਐਕਸਪੈਂਸਿਵ, ਬੜਾ ਮਹਿੰਗਾ। ਬਾਕੀ ਪਿੰਡ ਵਾਲੇ ਇਹ ਵੇ ਕਿ ਤੁਸੀਂ ਨਜ਼ਾਰਾ ਚੱਕੋ, ਮੈਨੂੰ ਜਿਹੜਾ ਨਾ ਥੋੜ੍ਹੀ ਬਹੁਤੀ ਆਉਂਦੀ ਹੈ ਭਈ ਸ਼ਰਮ, ਕੁੜੀਆਂ ਛੁੜੀਆਂ ਕੋਲੋਂ ਲੰਘਦੀਆਂ ਤਾਂ ਆਉਂਦੇ ਨੇ ਕੀ ਬਕ ਬਕ ਕਰਦਾ ਪਿਆ, ਬਤ ਸਹੀ ਹੈ। ਅਤੇ ਬਾਕੀ ਤੁਹਾਨੂੰ ਮੈਂ ਬੈਕ ਕੈਮਰੇ ਨੇ ਵਹਾਨਾ ਵਾ। ਅੱਛਾ ਪਿੰਡ ਵਾਲਿਓ, ਗੱਲ ਇੰਜ ਪਈ ਕਿ ਇੱਥੇ ਇਕੱਲਾ ਬੰਦਾ ਫਿਰਦਾ ਵੀ ਸ਼ਦਾਈ ਲੱਗਦਾ, ਅਤੇ 2-3 ਯਾਰ ਯੂਰ ਹੋਣ ਅਤੇ ਉਹਨਾਂ ਨਾਲ ਬੰਦਾ ਬਹਿੰਦਾ ਖਲੋਂਦਾ ਚੰਗਾ ਲੱਗਦਾ। ਇੱਥੋਂ ਚੱਲਦੇ ਆ ਮਾਹੌਲ ਸ਼ੋਲੇ ਦਾ ਖਾਸ ਕੋਨਾ ਹੀ, ਅਤੇ ਉਹ ਸਾਹਮਣੇ ਅਲ ਫਤਿਹ ਸਟੋਰ ਹੈ, ਉੱਥੋਂ ਇੱਕ ਬੋਤਲ ਸ਼ੁੱਧ ਲੈਂਦੇ ਹਾਂ। ਬਾਕੀ ਚੀਜ਼ਾਂ ਬੜੀਆਂ ਮਹਿੰਗੀਆਂ ਭਾਈ, 1000 ਰੁਪਏ ਤਾਂ ਬਰਗਰ ਹੈ, ਉਹ ਸਾਡੇ ਵੱਸ ਤੋਂ ਬਾਹਰ ਹੈ, ਤਾਂ ਉੱਥੋਂ ਇੱਕ ਬੋਤਲ ਸ਼ੁੱਧ ਪੀਣੇ ਚੱਲਦੇ ਹਾਂ ਜਾ ਕੇ ਬਾਹਰੋਂ ਕਿਤੋਂ ਬਰਗਰ ਖਾਂਦੇ ਹਾਂ, ਬਰਗਰ ਖਾ ਕੇ ਤਾਂ ਬਾਕੀ ਚੱਲਦੇ ਹਾਂ ਫਾਰਮ 'ਤੇ। ਅਲ ਫਤਿਹ ਸਟੋਰ ਹੈ, ਇੱਥੋਂ ਬੋਤਲ ਸ਼ੁੱਧ ਲੈਂਦੇ ਹਾਂ ਅਤੇ ਬਾਕੀ ਇਹ ਕਿ ਬਹਿ ਕੇ ਪੀ ਕੇ ਅਤੇ ਫਿਰ ਤੁਰ ਚੱਲਦੇ ਹਾਂ। 160-165 ਰੁਪਈਏ ਖਰਚਾ ਹੈ ਮੈਂ, ਇੱਕ ਕੁਰਕਰੀਆਂ ਦਾ ਪੈਕਟ ਲਿਆ, ਇੱਕ ਡਿਊ ਦੀ ਬੋਤਲ ਲਈ ਅਤੇ ਇੱਥੇ ਬਹਿ ਕੇ ਖਾਂਦੇ ਹਾਂ, ਅਤੇ ਬਾਕੀ ਇਹ ਕਿ ਵਾਪਸ ਚੱਲਦੇ ਹਾਂ ਭਾਈ। ਇੱਥੇ ਕੋਈ ਮਾਹੌਲ ਚੱਲ ਨਹੀਂ, ਵੇਖੋ ਨਾ
ਸੁਨਸਾਨ ਖਾਲੀ ਜਗ੍ਹਾ ਭਾਈ। ਐਤਵਾਰ ਜਾਂ ਹਫ਼ਤੇ ਵਾਲੇ ਦਿਨ ਜਿਹੜਾ ਨਾ ਆਉਣਾ ਬਣਦਾ ਸੀ, ਉਹਨੇ ਗੱਲ ਇੰਨੇ 'ਚ ਚੱਸ ਲਓ, ਅੱਜ ਆਪਣਾ ਇਹੋ ਹੀ ਮਾਹੌਲ ਹੈ। ਉਹ ਜੀ ਪਿੰਡ ਵਾਲੇ ਵਾਪਸ ਜਾਂਦੇ ਹਾਂ, ਇੱਥੇ ਕੋਈ ਚੱਕਰ ਨਹੀਂ ਜਨਾਬੇ ਵਾਲੀ, ਅੱਜ ਮਾਹੌਲ ਸ਼ੌਲੀ ਕੋਨੀ ਨਾਲੇ ਤਿੰਨ ਚਾਰ ਯਾਰ ਹੁਣ ਫਿਰ ਮਜ਼ਾ ਆਉਂਦਾ ਭਾਈ। ਅਤੇ ਹੁਣ ਇਹ ਵੇ ਕੇ ਵਾਪਸ ਜਾਂਦੇ ਹਾਂ, ਇਸ਼ਾਰਾ ਲੱਗਾ ਉੱਥੇ ਜਾ ਕੋਈ ਬਰਗਰ ਵਗੈਰਾ ਖਾਂਦੇ ਹਾਂ, ਅਤੇ ਬਾਕੀ ਜੋ ਵੀ ਹੋਏਗਾ ਤੁਹਾਨੂੰ ਵਹਾਵਾਂਗੇ। ਜਿਹੜਾ ਨਾ ਮੂਵੀ ਸ਼ੂਵੀ ਵੇਖਣ ਆਉਂਦੇ ਨੇ, ਇਹ ਨਵਾਂ ਹੀ ਬਣਿਆ ਅਤੇ ਆਪਣਾ ਬੜਾ ਕਮਾਲ ਦਾ, ਲੇਕਿਨ ਅਸੀਂ ਨਹੀਂ ਕਦੀ ਆਏ। 160 ਰੁਪਈਏ ਲਾ ਕੇ ਆਇਆ ਡਿਫੈਂਸਰ ਆਇਆ, ਪਰ ਚੱਸ ਨਹੀਂ ਆਏ। 160 ਜਿਹੜੇ ਨਾ ਸਮਝ ਲਓ ਜਾਇਆ ਗਏ ਨੇ, ਇੱਕ ਬੋਤਲ ਦੇ ਨਾਲ ਇੱਕ ਉਹ ਕੁਰਕਰਿਆਂ ਦਾ ਪੈਕਟ ਜਿਹਾ ਲੈ ਲਿਆ ਸੀ, ਅਤੇ ਉਹ ਚੱਸ ਨਹੀਂ ਆਈ ਜਿਹੜੀ ਚਾਂਦ ਰਾਤ ਵਾਲੇ ਦਿਨ ਸੀ ਜਾਂ ਹਫ਼ਤੇ ਤਵਾਰ ਨੂੰ ਆਉਂਦੀ ਹੈ, ਜਦੋਂ ਵਿਹਲੇ ਲੋਕ ਹੋ ਗਏ ਜਿਹੜਾ ਨਾ ਆਪਣਾ ਸ਼ਹਿਰੀ ਆਉਂਦੇ ਨੇ ਜਨਾਬੇ ਲਈ ਡੀ ਐਚ ਏ ਦੇ ਲੋਕ, ਪੇਟ ਪੂਜਾ ਜਿਹੜੀ ਨਾ ਉੱਥੇ ਹੀ ਹੋਣੀ ਹੈ। ਅੱਛਾ ਪਿੰਡ ਵਾਲੇ, ਆਹ ਰੈਸਟੋਰੈਂਟ ਜਿਹੜਾ ਨਵਾਂ ਖੁੱਲੇ ਦਾ ਨਾਮ ਮੈਂ ਤੁਹਾਨੂੰ ਦੱਸਦਾ ਜਾਵਾਂ, ਬੜਾ ਕਮਾਲ ਦਾ, ਬੜਾ ਲਜ਼ੀਜ਼ ਖਾਣਾ ਹੈ, ਸੁਣਿਆ ਇਹ ਆਪਣਾ ਪਤਾ ਨਹੀਂ ਲਿਆਸ ਦੁੰਬਾ ਕੜਾਹੀ, ਵੇਖੋ ਇਹਦਾ ਨਜ਼ਾਰਾ ਉਹਨਾਂ ਕਿਸ ਤਰ੍ਹਾਂ ਸਜਾਇਆ ਮਾਹੌਲ। ਚੋਰੀ ਇੱਥੇ ਅਮੀਰ ਲੋਕ ਆਉਂਦੇ ਨੇ ਗੱਡੀਆਂ ਛਿੰਦੀਆਂ ਰੇਂਜ ਰੋਵਰ ਵਾਲੇ, ਆਪਣੇ ਵੱਸ ਦੀ ਗੱਲ ਕੋ ਨਹੀਂ। ਅਲਿਆਸ ਦੁੰਬਾ ਕੜਾਹੀ ਇਨਸ਼ਾਲਾ ਆਵਾਂਗੇ, ਵਕਤ ਆਣ ਦਿਓ, ਵਕਤ ਦੂਰ ਨਹੀਂ, ਆਵਾਂਗੇ ਇੱਥੇ ਅਲਿਆਸ ਦੁੰਬਾ ਵੀ ਖਾਵਾਂਗੇ, ਬੱਕਰਾ ਵੀ ਖਾਵਾਂਗੇ, ਸਾਰਾ ਕੁਛ ਕਰਾਂਗੇ। ਬਾਕੀ ਇਹ ਵਕਤ ਵਕਤ ਦੀ ਗੱਲ ਹੈ, ਵਕਤ ਆਏਗਾ ਤਾਂ ਸਾਰਾ ਕੁਛ ਕਰਾਂਗੇ, ਟੈਨਸ਼ਨ ਨਹੀਂ ਲੈਣੀ। ਅੱਛਾ ਜੀ, ਬੇਤੀਆਂ ਰੋਡ ਹੇਅਰ, ਸ਼ਹਿਰ ਕੋਲੋਂ ਪਿੰਡ ਕੋਲੋਂ ਇੱਥੋਂ ਖਾਣ ਆਏ ਹਾਂ ਬਰਗਰ, ਸਾਹਮਣੇ ਉਹ ਬਰਗਰ ਲੈ ਅਤੇ ਨਾ ਤੋਂ ਇੱਕ ਬਰਗਰ ਹੈ, ਬੜਾ ਕਮਾਲ ਦਾ ਬਰਗਰ ਇੱਥੇ ਖਾਣਾ। ਚਲੋ ਚੱਲਦੇ ਹਾਂ, ਵਹਿੰਦੇ ਹਾਂ, ਕਿੰਨੇ ਕੁ ਦਾ ਲੱਭਦਾ ਬਰਗਰ। ਬਰਗਰ ਖਾਣ ਵਾਲਾ ਵੀ ਕੰਮ ਨਿਬੜ ਗਿਆ, ਹੁਣ ਵਾਪਸ ਚੱਲਦੇ ਹਾਂ ਜਨਾਬੇ ਵਾਲੀ। ਹੈਲੋ ਸਰ, ਕਾਲੀਆਂ ਨੇ ਰਾਤਾਂ, ਰਾਤਾਂ ਜੀ ਹਨੇਰਾ, ਹਨੇਰਿਆਂ ਚ ਗੱਡੀ ਤੇ ਗੱਡੀ ਚ ਯਾਰ ਤੇਰਾ, ਡੈਥ ਵਾਲਾ ਰੂਟ ਹੈ, ਵੱਜਦੇ ਸਲੂਟ ਹੈ, ਕੱਲ ਕਿਹਨੇ ਦੇਖੀ ਕੀ ਕਰਨਾ ਸਵੇਰਾ। ਕਾਲੀਆਂ ਨੇ ਰਾਤਾਂ, ਰਾਤਾਂ ਜੀ ਹਨੇਰਾ, ਹਨੇਰਿਆਂ ਚ ਗੱਡੀ ਤੇ ਗੱਡੀ ਚ ਯਾਰ ਤੇਰਾ, ਬਿੱਲੋ ਗੱਡੀ ਚ ਯਾਰ ਤੇਰਾ, ਬਿੱਲੋ ਗੱਡੀ ਚ ਯਾਰ ਤੇਰਾ, ਬਹੁਤ ਪਾਣੀ ਬਹੁਤ ਰੂੜ ਨੀ ਆ। ਅੱਛਾ ਪਿੰਡ ਵਾਲੇ, ਉਹ ਗੱਲ ਇੰਜ ਪਈ ਕਿ ਆਪਣੇ ਮੰਜ਼ਿਲ ਮਕਸੂਦ ਤੇ ਅਪੜੀਆਂ ਸਾਹਮਣੇ ਫਾਰਮ ਇੱਥੇ ਹੀ ਅੰਦਰ ਜਾਣਾ ਜਨਾਬੇ ਵਾਲੀ। ਅੱਜ ਜਿਹੜਾ ਵਲੌਗ ਬਣਾਇਆ ਨੇ, ਵਲੌਗ ਨਹੀਂ ਬਗੈਰਤੀ ਹੈ, ਬਸ ਸਹੀ ਹੈ। ਬਾਕੀ ਇਹ ਕਿ ਜੋ ਵੀ ਹੋਇਆ, ਚੱਸ ਆਈ, ਮਜ਼ਾ ਆਇਆ, ਤੁਸਾਂ ਵਲੌਗ ਨੇ ਇੰਜੋਏ ਕਰਨਾ, ਕੁਆਲਿਟੀ ਥੋੜ੍ਹੀ ਡਿੱਗੀ ਹੈ, ਮਤਲਬ ਵਲੌਗ ਦੀ ਜਿਹੜੀ ਹੈ ਨਾ ਓਵਰਆਲ ਕੁਆਲਿਟੀ ਜਿਹੜੀ ਹੈ ਨਾ ਥੋੜ੍ਹੀ ਲੋ ਹੋਵੇ, ਅਤੇ ਐਡਜਸਟ ਕਰਿਓ ਜੇ, ਮਜ਼ਾ ਲਿਓ ਜੇ। ਬਾਕੀ ਇਹ ਵੀ ਕਿ ਅੱਜ ਦਾ ਵਲੌਗ ਹੈ ਤਾਂ ਛੋਟਾ, ਹੈ ਵੀ ਬਗੈਰਤੀ, ਲੇਕਿਨ ਚੱਸ ਤੁਸਾਂ ਲੈਣੀ ਹੈ। ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਕੁਰ ਲੈਣਾ। ਚਲੋ ਫਿਰ ਚੱਲਦੇ ਹਾਂ, ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ। ਦਿਓ ਵੀਰ ਨੂੰ ਇਜਾਜ਼ਤ, ਅੱਲਾ ਹਾਫਿਜ਼।